ਦੋਸਤ ਦੀ ਜਾਨ ਬਚਾਉਂਦਾ ਸ਼ਹੀਦ ਹੋ ਗਿਆ ਫੌਜੀ। ਹਵਾਈ ਫਾਇਰ ਕਰਕੇ ਫੌਜ ਨੇ ਦਿੱਤੀ ਅੰਤਿਮ ਸਲਾਮੀ। ਵੇਖੋ ਕਿਵੇਂ ਪਰਿਵਾਰ ਦਾ ਰੋ ਰੋ ਕੇ ਹੋ ਗਿਆ ਬੁਰਾ ਹਾਲ। ਦੱਸ ਦੇ ਕਿ ਫੌਜੀ ਛੁੱਟੀ ਤੇ ਘਰ ਆਇਆ ਹੋਇਆ ਸੀ, ਤਾਂ ਇਸ ਦੌਰਾਨ ਵੀ ਇਹ ਆਪਣੀ ਡਿਊਟੀ ਨਹੀਂ ਭੁੱਲਦਾ। ਤਾਂ ਇਸਦਾ ਦੋਸਤ ਜਿਹੜਾ ਕਿ ਪਾਣੀ ਦੇ ਵਿੱਚ ਡੁੱਬ ਰਿਹਾ ਸੀ, ਤਾਂ ਉਸਨੂੰ ਬਚਾਉਣ ਦੇ ਲਈ ਇਹ ਵੀ ਪਾਣੀ ਦੇ ਵਿੱਚ ਛਾਲ ਮਾਰ ਦਿੰਦਾ, ਜਿਸ ਤੋਂ ਬਾਅਦ ਇਸਦੀ ਮੌਤ ਹੋ ਜਾਂਦੀ ਹੈ। ਤਾਂ ਹੁਣ ਫੌਜ ਦੇ ਵੱਲੋਂ ਪੂਰੇ ਸਨਮਾਨ ਦੇ ਨਾਲ ਇਸਦੀ ਮ੍ਰਿਤਕ ਦੇਹ ਨੂੰ ਇਸਦੇ ਘਰ ਲਿਆਂਦਾ ਗਿਆ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹਨਾਂ ਦੇ ਹੰਝੂ ਨਹੀਂ ਰੁਕ ਰਹੇ। ਤਾਂ ਦੱਸਦੇ ਕਿ ਇਸ ਫੌਜੀ ਦਾ ਨਾਮ ਮਨਜੀਤ ਸਿੰਘ ਹੈ, ਜੋ ਕਿ ਛੁੱਟੀ 'ਤੇ ਘਰ ਆਇਆ ਹੋਇਆ ਸੀ। ਤਾਂ ਆਪਣੇ ਦੋਸਤਾਂ ਦੇ ਨਾਲ ਇਹ ਨਹਿਰ ਦੇ ਵਿੱਚ ਨਹਾਉਣ ਜਾਂਦਾ, ਜਿੱਥੇ ਇੱਕ ਦੋਸਤ ਨਹਿਰ ਦੇ ਵਿੱਚ ਡਿੱਗ ਜਾਂਦਾ, ਤਾਂ ਉਸਨੂੰ ਬਚਾਉਣ ਦੇ ਲਈ ਇਹ ਵੀ ਡੂੰਘੇ ਪਾਣੀ ਦੇ ਵਿੱਚ ਛਾਲ ਮਾਰ ਦਿੰਦਾ, ਜਿਸ ਤੋਂ ਬਾਅਦ ਇਸਦਾ ਕੋਈ ਵੀ ਪਤਾ ਨਹੀਂ ਲੱਗਦਾ। ਤਾਂ ਰਾਤ ਕਰੀਬ 1:30 ਵਜੇ ਇਸਦੀ ਲਾਸ਼ ਮਿਲਦੀ ਹੈ। ਤਾਂ ਪਿੰਡ ਵਾਲਿਆਂ ਨੇ ਦੱਸਿਆ ਕਿ 6 ਫੁੱਟ ਦਾ ਸੀ ਅਤੇ ਖੇਡਾਂ ਦੇ ਵਿੱਚ ਵੀ ਸਭ ਤੋਂ ਅੱਗੇ ਸੀ, ਅਤੇ ਨਾਲ ਦੇ ਨਾਲ ਬੌਕਸਰ ਵੀ ਸੀ। ਉਸਦੀ ਕਮੀ ਨਾ ਕੇਵਲ ਪਰਿਵਾਰ ਨੂੰ ਸਗੋਂ ਪੂਰੇ ਪਿੰਡ ਨੂੰ ਖਲੇਗੀ। ਤਾਂ ਇਸ ਨੌਜਵਾਨ ਦੀ ਮੌਤ ਤੋਂ ਬਾਅਦ ਇਹ ਭਾਵੁਕ ਤਸਵੀਰਾਂ ਉਸਦੇ ਘਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਛੁੱਟੀ 'ਤੇ ਆਇਆ ਹੋਇਆ ਸੀ ਇਹ ਫੌਜੀ ਦੋਸਤ ਨੂੰ ਬਚਾਉਂਦਾ ਹੋਇਆ ਆਪਣੀ ਜਾਨ ਗਵਾ ਦਿੰਦਾ, ਅਤੇ ਫੌਜ ਦੇ ਵੱਲੋਂ ਵੀ ਹਵਾਈ ਫਾਇਰ ਕਰਕੇ ਇਸ ਨੂੰ ਅੰਤਿਮ ਸਲਾਮੀ ਦਿੱਤੀ ਜਾਂਦੀ ਹੈ ਅਤੇ ਫਿਰ ਇਸਦਾ ਸੰਸਕਾਰ ਕੀਤਾ ਜਾਂਦਾ। ਤਾਂ ਬੇਹੱਦ ਹੀ ਭਾਵੁਕ ਕਰਨ ਵਾਲੀਆਂ ਇਹ ਤਸਵੀਰਾਂ ਟੋਹਾਨਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇਸ ਫੌਜੀ ਦਾ ਪੂਰੇ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਹ ਘਟਨਾ ਨਹਿਰ ਪੇ ਵਾਂਗ ਜਾ ਰਿਹਾ ਥਾ ਜੀ, ਬਚਾ ਰਿਹਾ ਥਾ ਇਸਕੋ, ਔਰ ਉਸਕੀ 12:30 ਵਜੇ ਡੈਡ ਬੋਡੀ ਮਿਲੀ ਇਸਕੀ ਕਾਜਲੈਡੀ ਐਡ ਪੇ। ਇਹ ਬਹੁਤ ਹੋਣਹਾਰ ਲੜਕਾ ਥਾ, ਇਹ ਜੋ ਖਿਲਾੜੀ ਕੇ ਤੌਰ ਪਰ ਇਸਕੋ ਫੌਜ ਕੀ ਨੌਕਰੀ ਮਿਲੀ ਥੀ, ਇਸਕੇ ਦੋ ਨੌਕਰੀ ਕਰਤਾ, ਇੱਕ ਫੌਜ ਕੀ ਔਰ ਇੱਕ ਖਿਲਾੜੀ ਕੀ। ਗਾਓ ਮੇਂ ਆ ਕੇ ਸਭ ਲੜਕੋ ਕੋ ਨਸ਼ਾ ਦੂਰ ਕਰਤਾ ਥਾ ਔਰ ਸਿਖਾਤਾ ਥਾ। ਅਬ ਵੀ ਵਹਾਂ 5-10 ਲੜਕੇ ਇਹ ਗਏ ਥੇ ਨਹਿਰ ਪੇ, ਸਿਖਾਤਾ ਥਾ ਬਹੁਤ। ਹਾਂ, ਸਾਰਾ ਗਾਓ ਮੇਂ ਮਤਲਬ ਬਹੁਤ ਅੱਛਾ ਲੜਕਾ, ਇਸਕਾ ਪਿਤਾ ਕੀ 1.5 ਸਾਲ ਪਹਿਲੇ ਮ੍ਰਿਤਯੂ ਹੋ ਗਈ ਥੀ। ਇਹ ਦੋ ਭਾਈ ਹੈ ਜੀ, ਮੈਂ ਇਸਕੇ ਚਾਚਾ ਕਾ ਦੋਸਤ ਹੂੰ ਮੈਂ। ਕਿਤਨੇ ਸਾਲ ਪਹਿਲੇ ਮ੍ਰਿਤਯੂ ਹੋ ਗਏ? ਇਹ ਪਹਿਲੇ ਤਾਂ ਖਿਲਾੜੀ ਥਾ ਰਹੇ, 26-27 ਸਾਲ 8-9 ਸਾਲ ਹੋ ਗਏ ਸਰ ਮ੍ਰਿਤਯੂ ਹੋ ਗਏ ਨਾ। ਸਾਥ ਮੇਂ ਖਿਲਾ, ਉਹ ਤਾਂ ਡਿਊਟੀ ਮੇਂ ਬਹੁਤ ਕਮ ਜਾਤਾ, ਪਹਿਲੇ ਖਿਲਾੜੀ ਕੇ ਮਤਲਬ ਜ਼ਿਆਦਾ ਉਹ ਥਾ ਨਾ। ਇਹ ਘਟਨਾ ਹੋਈ ਜੀ, ਇਹ ਤਾਂ ਆਰਮੀ ਮੇਂ, ਤਾਂ ਇਹ ਛੁੱਟੀ ਆ ਥਾ, ਛੁੱਟੀ ਆ ਥਾ ਦਿਨ ਮੇਂ 4-5 ਵਜੇ ਕਰੀਬ। ਫਿਰ ਤੀਨ ਦੋਸਤੋਂ ਕੇ ਸਾਥ ਨਹਿਰ ਮੇਂ ਚਲਾ ਗਿਆ, ਵਹਾਂ ਪਰ ਨਹਾਉਣੇ ਲਗੇ। ਇਹ ਕਿਸਕਾ ਦੋਸਤ ਕਹੀ ਪੈਰ ਪੁਰ ਤਿਸਲ ਗਿਆ, ਤਿਸਲੇ ਕਾਰਨ ਦਿੱਤੀ ਵੀ ਸਾਥ ਮੇਂ ਛਲਾਂਗ ਲਗਾ ਦੀ ਨਿਕਾਲਣੇ ਕੇ ਲਈ। ਉਹ ਤਾਂ ਨਿਕਲ ਗਿਆ, ਇਹ ਤਾਂ ਨਹੀਂ ਨਿਕਲ ਪਾਇਆ। ਬਹੁਤ ਹਾਂਜੀ, ਬਹੁਤ ਦੁਖਦ ਕੀ ਬਾਤ ਹੈ। ਆਉਣ ਵਾਲਾ ਲੜਕਾ ਤਾਂ 6 ਫੁੱਟ ਦਾ ਜਵਾਨ ਦਾ, ਬੋਕਸਰ ਦਾ, ਬਹੁਤ ਬੜੀਆ ਸਪੋਰਟ ਮਧਿਆਨ ਕੇ ਯਹਾਂ ਪਰ ਵੀ ਖਿਲਾ ਗਿਆ ਬੱਚੇ ਨੇ ਆ ਕੇ, ਬਹੁਤ ਸ਼ੋਕ ਦੀ ਅਗਲ ਦਾ। ਕਬ ਡੈਡ ਬੋਡੀ ਕਬ ਮਿਲੀ ਔਰ ਅੱਜ? ਕੱਲ੍ਹ ਮਿਲੀ ਜੀ, ਇਹ 1:30 ਵਜੇ ਜੀ ਰਾਤ ਕੋ। ਰਾਜ ਕੇ ਸਾਥ ਸਮਾਨ ਕੇ ਸਾਥ ਯਹਾਂ ਪਰ ਅੰਤਿਮ ਸੰਸਕਾਰ ਕੀਆ ਗਿਆ। ਇਸਕਾ ਪਰਿਵਾਰ ਮੇਂ ਕੌਣ ਕੌਣ ਸਾ? ਪਰਿਵਾਰ ਮੇਂ ਬੜਾ ਭਾਈ ਹੈ, ਮਾਤਾ ਜੀ ਹੈ ਔਰ ਚਾਚਾ ਤਾਊ ਸਭ ਕੁਛ, ਔਰ ਤੋਂ ਵੈਸੇ ਜਿਸਕੀ ਕਮੀ ਖਲੇਗੀ ਬਿਲਕੁਲ ਜੀ।